ਇੰਗਲੈਂਡ ਦੀ ਧਰਤੀ ਤੇ ਵਸਿਆ ਹੋਇਆ ਬਹੁਤ ਹੀ ਖੂਬਸੂਰਤ ਸ਼ਹਿਰ ਗ੍ਰੇਵਜ਼ੈਂਡ, ਜਿਸ ਦੀ ਆਬਾਦੀ 70,000 ਦੇ ਕਰੀਬ ਦੱਸੀ ਜਾਂਦੀ ਹੈ, ਅਤੇ ਇਸ ਸ਼ਹਿਰ ਦੇ ਵਿੱਚ ਸਿੱਖਾਂ ਦੀ ਆਬਾਦੀ 12-13,000 ਤੱਕ ਹੈ। ਇਸ ਖੂਬਸੂਰਤ ਸ਼ਹਿਰ ਦੇ ਸੈਂਟਰ ਦੇ ਵਿੱਚ ਇੱਕ ਅਲੌਕਿਕ ਅਤੇ ਖੂਬਸੂਰਤ ਗੁਰਦੁਆਰਾ ਸਾਹਿਬ ਦੀ ਇਮਾਰਤ ਦੂਰੋਂ ਹੀ ਨਜ਼ਰ ਆਉਂਦੀ ਹੈ। ਗੁਰੂ ਨਾਨਕ ਦਰਬਾਰ ਗੁਰਦੁਆਰਾ ਗ੍ਰੇਵਜ਼ੈਂਡ, ਜੋ ਕਿ ਹਰ ਇੱਕ ਲਈ ਖਿੱਚ ਦਾ ਕੇਂਦਰ ਹੈ। ਇਸ ਖੂਬਸੂਰਤ ਗੁਰਦੁਆਰਾ ਸਾਹਿਬ ਨੂੰ ਇੰਗਲੈਂਡ ਦੀਆਂ, ਯੂਰਪ ਦੀਆਂ ਅਤੇ ਦੁਨੀਆ ਭਰ ਦੇ ਵਿੱਚੋਂ ਸੰਗਤਾਂ ਵੇਖਣ ਲਈ ਆਉਂਦੀਆਂ ਹਨ। ਗ੍ਰੇਵਜ਼ੈਂਡ ਦਾ ਦਿਲ ਮੰਨਿਆ ਜਾਂਦਾ ਇਹ ਗੁਰਦੁਆਰਾ ਸਾਹਿਬ ਭਾਰਤ ਅਤੇ ਪਾਕਿਸਤਾਨ ਤੋਂ ਬਾਹਰ ਜੇਕਰ ਸ਼ਾਨਦਾਰ ਗੁਰਦੁਆਰਿਆਂ ਦੀ ਗੱਲ ਚੱਲਦੀ ਹੈ ਤਾਂ ਗੁਰੂ ਨਾਨਕ ਗੁਰਦੁਆਰਾ ਗ੍ਰੇਵਜ਼ੈਂਡ ਦਾ ਨਾਮ ਮੋਹਰਲੀਆਂ ਕਤਾਰਾਂ ਦੇ ਵਿੱਚ ਆਉਂਦਾ ਹੈ। ਖੁੱਲ੍ਹੇ ਅਤੇ ਹਰਿਆਲੀ ਭਰੇ ਵਾਤਾਵਰਣ ਦੇ ਵਿੱਚ ਬਣਿਆ ਹੋਇਆ ਇਹ ਗੁਰਦੁਆਰਾ ਸਾਹਿਬ ਹਰ ਇੱਕ ਦਾ ਮਨ ਮੋਹ ਜਾਂਦਾ ਹੈ। ਦਰਸ਼ਨੀ ਗੇਟ ਤੋਂ ਅੱਗੇ ਲੰਘਦਿਆਂ ਹੀ ਦੂਰੋਂ ਨਜ਼ਰ ਆਉਂਦੀ ਹੈ ਗੁਰਦੁਆਰਾ ਸਾਹਿਬ ਜੀ ਦੀ ਇਹ ਅਲੌਕਿਕ ਅਤੇ ਸ਼ਾਨਦਾਰ ਬਿਲਡਿੰਗ। ਹਰ ਰੋਜ਼ ਗੁਰਦੁਆਰਾ ਸਾਹਿਬ ਦੇ ਵਿੱਚ ਸਵੇਰੇ 4 ਵਜੇ ਗੁਰਬਾਣੀ ਦਾ ਪ੍ਰਵਾਹ ਸ਼ੁਰੂ ਹੋ ਜਾਂਦਾ ਹੈ, ਜੋ ਸ਼ਾਮ 8 ਵਜੇ ਜਾ ਕੇ ਸਮਾਪਤੀ ਵੱਲ ਵੱਧਦਾ ਹੈ। ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆਉਂਦੀਆਂ ਰਹਿੰਦੀਆਂ ਹਨ। ਸਾਡੇ ਗੁਰੂ ਨਾਨਕ ਦਰਬਾਰ ਵਿੱਚ ਸਵੇਰੇ 4 ਵਜੇ ਪਾਠ ਸ਼ੁਰੂ ਹੋ ਜਾਂਦੇ ਹਨ ਅਤੇ ਸ਼ਾਮ 8 ਵਜੇ ਜਿਨ੍ਹਾਂ ਦੀ ਸਮਾਪਤੀ ਹੁੰਦੀ ਹੈ। ਬਹੁਤ ਸਾਰੀ ਸੰਗਤ ਬਾਹਰੋਂ ਗੁਰੂ ਘਰ ਨੂੰ ਦੇਖਣ ਆਉਂਦੇ ਹਨ। ਸਾਰਾ ਹੀ ਪ੍ਰਬੰਧ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਵਧੀਆ ਚੱਲ ਰਿਹਾ ਹੈ। 2001 ਵਿੱਚ ਇਸ ਸ਼ਾਨਦਾਰ ਇਮਾਰਤ ਨੂੰ ਬਣਾਉਣ ਦਾ ਕਾਰਜ ਆਰੰਭ ਕੀਤਾ ਗਿਆ ਸੀ, ਜੋ ਤਕਰੀਬਨ ਅੱਜ ਵੀ ਚੱਲ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਜੋ ਮੀਨਾਕਾਰੀ ਕੀਤੀ ਗਈ ਹੈ ਉਹ ਆਪਣੇ ਆਪ ਵਿੱਚ ਹੀ ਇੱਕ ਮਿਸਾਲ ਹੈ। ਜੋ ਵੀ ਇਸ ਬਿਲਡਿੰਗ ਦੀ ਦਿੱਖ ਹੈ ਉਹ ਸਾਰੀ ਦੁਨੀਆਂ ਦੇ ਵਿੱਚ ਹੈ। ਸਾਰਾ ਹੀ ਸਮਾਨ ਇੱਥੇ ਮਾਰਬਲ, ਜੋ ਵੀ ਲੱਕੜੀ ਦਾ ਕੰਮ ਇੰਡੀਆ ਤੋਂ ਕਾਰੀਗਰ ਆਏ ਸੀ ਉਹਨੇ ਕੀਤਾ। ਬਿਲਡਿੰਗ ਬਹੁਤ ਵਧੀਆ ਸੁੰਦਰ ਗੁਰਸਥਾਨ ਇਹ ਗ੍ਰੇਵਜ਼ੈਂਡ ਦੀ ਸੰਗਤ ਨੂੰ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੇ ਹਨ। ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ 3 ਦੀਵਾਨ ਹਾਲ ਉਸਾਰੇ ਗਏ ਹਨ। ਮੇਨ ਦੀਵਾਨ ਹਾਲ ਭਾਈ ਗੁਰਦਾਸ ਜੀ ਦੇ ਨਾਮ ਉੱਤੇ ਹੈ ਅਤੇ ਦੂਸਰਾ ਦੀਵਾਨ ਹਾਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਮ ਦੇ ਉੱਤੇ ਅਤੇ ਤੀਸਰਾ ਦੀਵਾਨ ਸ਼ਹੀਦ ਭਾਈ ਫੌਜਾ ਸਿੰਘ ਜੀ ਨੂੰ ਸਮਰਪਿਤ ਹੈ। ਗੁਰਦੁਆਰਾ ਸਾਹਿਬ ਜੀ ਦੇ ਅੰਦਰ ਲੈਕਚਰ ਥੀਏਟਰ ਵੀ ਉਸਾਰਿਆ ਗਿਆ ਹੈ, ਜੋ ਕਿ ਸ਼ਹੀਦ ਭਾਈ ਅਮਰੀਕ ਸਿੰਘ ਜੀ ਨੂੰ ਸਮਰਪਿਤ ਹੈ। ਇਸ ਲੈਕਚਰ ਹਾਲ ਦੇ ਵਿੱਚ ਕੌਮ ਦੇ ਵੱਖ-ਵੱਖ ਮਸਲਿਆਂ ਉੱਤੇ ਭਾਸ਼ਣ ਸਮਾਰੋਹ ਕੀਤੇ ਜਾਂਦੇ ਰਹਿੰਦੇ ਹਨ। ਹੁਣ ਗੱਲ ਕਰਦੇ ਹਾਂ ਗੁਰਦੁਆਰਾ ਸਾਹਿਬ ਵਿੱਚ ਸੁਸ਼ੋਭਿਤ ਲੰਗਰ ਹਾਲਾਂ ਦੀ। ਇਸ ਗੁਰਦੁਆਰਾ ਸਾਹਿਬ ਵਿੱਚ 2 ਲੰਗਰ ਹਾਲ ਉਸਾਰੇ ਗਏ ਹਨ, ਇੱਕ ਬੇਬੇ ਨਾਨਕੀ ਜੀ ਅਤੇ ਦੂਸਰਾ ਬੀਬੀ ਖੀਵੀ ਜੀ ਨੂੰ ਸਮਰਪਿਤ ਹੈ। ਗੁਰੂ ਨਾਨਕ ਗੁਰਦੁਆਰਾ ਗ੍ਰੇਵਜ਼ੈਂਡ ਇਹ ਬਿਲਡਿੰਗ ਅਸੀਂ 2001 ਵਿੱਚ ਬਣਾਉਣੀ ਸ਼ੁਰੂ ਕੀਤੀ ਸੀ ਅਤੇ 2010 ਵਿੱਚ ਅਸੀਂ ਇੱਥੇ ਮੂਵ ਹੋਏ ਹਾਂ। ਇਸ ਵੇਲੇ ਗ੍ਰੇਵਜ਼ੈਂਡ ਇਸ ਗੁਰਦੁਆਰੇ ਦੇ ਵਿੱਚ 3 ਦੀਵਾਨ ਹਾਲ, ਇੱਕ ਮੇਨ ਜਿਹੜਾ ਦੀਵਾਨ ਹਾਲ ਭਾਈ ਗੁਰਦਾਸ ਦੇ ਹਾਲ ਦੇ ਨਾਂ 'ਤੇ, ਦੂਜੇ ਇੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹਾਲ, ਇੱਕ ਭਾਈ ਸ਼ਹੀਦ ਭਾਈ ਫੌਜਾ ਸਿੰਘ ਦੇ ਨਾਂ 'ਤੇ, ਲੈਕਚਰ ਥੀਏਟਰ ਭਾਈ ਅਮਰੀਕ ਸਿੰਘ ਹੋਣਾ ਦੇ ਨਾਂ 'ਤੇ। ਇਸ ਤਰ੍ਹਾਂ ਹੀ 2 ਜਿਹੜੇ ਲੰਗਰ ਹਾਲ ਬੇਬੇ ਨਾਨਕੀ ਅਤੇ ਬੇਬੀ ਖੀਵੀ ਦੇ ਨਾਂ 'ਤੇ, ਅਤੇ ਜਿਹੜੇ ਥੱਲੇ ਆਪਣੇ ਕੀਰਤਨੀ ਜਥਿਆਂ ਲਈ ਰਿਹਾਇਸ਼ ਦਾ ਪ੍ਰਬੰਧ ਪੀਰ ਬੁੱਧੂ ਸ਼ਾਹ ਰਿਹਾਇਸ਼ ਦੇ ਨਾਂ 'ਤੇ। ਗੁਰਦੁਆਰਾ ਸਾਹਿਬ ਵਿੱਚ ਲਗਭਗ 400 ਕਾਰਾਂ ਖੜੀਆਂ ਕਰਨ ਵਾਸਤੇ ਇੱਕ ਵੱਡੀ ਕਾਰ ਪਾਰਕ ਮੌਜੂਦ ਹੈ, ਜੋ ਆਪਣੇ ਆਪ ਵਿੱਚ ਹੀ ਇੱਕ ਮਿਸਾਲ ਹੈ। ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ 2 ਵੱਡੀਆਂ ਫੁੱਟਬਾਲ ਗਰਾਊਂਡਾਂ ਵੀ ਮੌਜੂਦ ਹਨ, ਜਿੱਥੇ ਬੱਚੇ, ਜਵਾਨ ਅਤੇ ਬਜ਼ੁਰਗ ਖੇਡ ਕੇ ਆਪਣੇ ਆਪ ਨੂੰ ਤੰਦਰੁਸਤ ਰੱਖਦੇ ਹਨ। ਇਸ ਦੇ ਨਾਲ ਨਾਲ ਸਪੋਰਟਸ ਹਾਲ, ਸਪੋਰਟਸ ਜਿਮ ਅਤੇ ਹੋਰ ਵੀ ਬਹੁਤ ਕੁਛ ਮੌਜੂਦ ਹੈ।
ਛੋਟੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਦੇ ਨਾਲ ਜੋੜਨ ਦੇ ਲਈ ਪੰਜਾਬੀ ਸਕੂਲ ਦਾ ਵੀ ਪ੍ਰਬੰਧ ਇਸ ਗੁਰਦੁਆਰਾ ਸਾਹਿਬ ਵਿੱਚ ਹੈ। ਇਸ ਦੇ ਨਾਲ ਲੈਕਚਰ ਥੀਏਟਰ, ਲਗਭਗ 400 ਕਾਰਾਂ ਦਾ ਕਾਰ ਪਾਰਕ ਦਾ ਇੱਥੇ ਸਹੂਲਤ ਹੈਗੀ ਆ, ਅਤੇ ਇਸ ਦੇ ਨਾਲ ਹੀ ਫੁੱਟਬਾਲ ਦੀਆਂ 2 ਗਰਾਊਂਡਾਂ, ਸਪੋਰਟਸ ਹਾਲ, ਸਪੋਰਟਸ ਜਿੰਮ, ਬੱਚਿਆਂ ਲਈ ਪੰਜਾਬੀ ਸਕੂਲ ਅਤੇ ਬਜ਼ੁਰਗਾਂ ਲਈ ਡੇ ਸੈਂਟਰ ਵੀ ਇੱਥੇ ਜਿਹੜੀਆਂ ਸੁਵਿਧਾਵਾਂ ਸਹੂਲਤ ਹਨ। ਜਿੱਥੇ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਖੂਬਸੂਰਤ ਅਤੇ ਮੀਨਾਕਾਰੀ ਦੇ ਨਾਲ ਭਰਪੂਰ ਹੈ। ਉੱਥੇ ਹੀ ਦੀਵਾਰਾਂ ਦੇ ਉੱਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀਆਂ ਤਸਵੀਰਾਂ ਜਾਂ ਫਿਰ ਪੇਂਟਿੰਗਸ ਦੇਖਣ ਨੂੰ ਆਮ ਹੀ ਮਿਲ ਜਾਂਦੀਆਂ ਨੇ। ਗ੍ਰੇਵਜੈਂਡ ਦੇ ਵਿੱਚ ਲਗਭਗ 12-13 ਹਜ਼ਾਰ ਸਿੱਖ ਰਹਿੰਦੇ ਆ, ਪਰ ਕਿਉਂਕਿ ਜਿਸ ਤਰ੍ਹਾਂ ਗੁਰਦੁਆਰੇ ਦੀ ਵਿੱਚ ਜੋ ਸਹੂਲਤਾਂ ਹਨ ਉਹਨਾਂ ਨੂੰ ਦੇਖਦਿਆਂ ਹੋਇਆਂ ਸਾਰੇ ਕੈਂਟ 'ਚੋਂ, ਈਸਟ ਲੰਡਨ ਤੋਂ ਅਤੇ ਆਲੇ ਦੁਆਲੇ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਲੋਕ ਇੱਥੇ ਕਰਾਉਣਾ ਚਾਹੁੰਦੇ ਹਨ, ਅਤੇ ਹਰ ਅਸੀਂ ਉਹਦੇ ਨਾਲ ਸਹੂਲਤਾਂ ਜਿਹੜੀਆਂ ਪੂਰੀਆਂ ਉਹ ਸਹੂਲਤਾਂ ਦਿੰਦੇ ਹਾਂ। ਉਹਦੇ ਕਾਰਨ ਜਿਹੜੇ ਬਾਕੀ ਵੀ ਪ੍ਰੋਗਰਾਮ, ਪੰਥਕ ਪ੍ਰੋਗਰਾਮ, ਜਿਹੜੇ ਸ਼ਹੀਦਾਂ ਨਵੇਂ 1984 ਤੋਂ ਬਾਅਦ ਜੋ ਸ਼ਹੀਦ ਹੋਇਆ ਹਨ ਉਹਨਾਂ ਦੇ ਸ਼ਹੀਦਾਂ ਦੇ ਪ੍ਰੋਗਰਾਮ ਵੀ ਇੱਥੇ ਮਨਾਉਂਦੇ ਹਾਂ, ਅਤੇ ਇਸ ਦੇ ਨਾਲ ਨਾਲ ਜਿਹੜੀਆਂ ਲੋਕਲ ਅਥਾਰਟੀਜ਼ ਆ ਉਹ ਸਾਡੇ ਕੋਲ ਲੈਕਚਰ ਥੀਏਟਰ ਦੀ ਵਰਤੋਂ ਕਰਦੇ ਆ, ਜਿੱਦਾਂ ਪੁਲਿਸ ਵਾਲੇ ਉਹ ਸਿੱਖ ਅਵੇਅਰਨੈਸ ਕੋਰਸ ਕਰਦੇ ਆ, ਇੱਦਾਂ ਹੈਲਥ ਡਿਪਾਰਟਮੈਂਟ ਵਾਲੇ, ਹੋਰ ਵੀ ਜਿਹੜੀਆਂ ਸੰਸਥਾਵਾਂ ਹਨ ਉਹ ਲੈਕਚਰ ਥੀਏਟਰ ਨੂੰ ਅਤੇ ਹੋਰ ਜਿਹੜੀਆਂ ਸਾਡੀਆਂ ਸੁਵਿਧਾਵਾਂ ਇੱਥੇ ਅਸੀਂ ਪ੍ਰੋਵਾਈਡ ਕਰਦੇ ਹਾਂ। ਗੁਰੂ ਨਾਨਕ ਦਰਬਾਰ ਗੁਰਦੁਆਰਾ ਗ੍ਰੈਵਜ਼ੈਂਡ ਦੇ ਵਿੱਚ ਇਹਨਾਂ ਸਾਰੀਆਂ ਸਹੂਲਤਾਂ ਨੂੰ ਦੇਖਦੇ ਹੋਏ ਨਾਲ ਦਿਆਂ ਸ਼ਹਿਰਾਂ ਦੇ ਵਿੱਚੋਂ ਵੀ ਸੰਗਤਾਂ ਇੱਥੇ ਆ ਕੇ ਪ੍ਰੋਗਰਾਮ ਉਲੀਕਦੀਆਂ ਰਹਿੰਦੀਆਂ ਹਨ। ਗ੍ਰੈਵਜ਼ੈਂਡ ਦੇ ਵਿੱਚ ਇੱਕ ਅਜਿਹੀ ਚੀਜ਼ ਆ ਵੀ ਲਗਭਗ ਹਰ ਰੋਜ਼ ਜਿਹੜੇ ਮੇਨ ਸਟ੍ਰੀਮ ਸਕੂਲ ਦੇ ਬੱਚੇ ਉਹਨਾਂ ਨੂੰ ਸਿੱਖਣ ਲਈ ਇੱਥੇ ਆਉਂਦੇ ਆ, ਅਤੇ ਹੋਰ ਜਿਹੜੀਆਂ ਸੰਸਥਾਵਾਂ ਉਹਨਾਂ ਦੇ ਬੰਦੇ ਬਜ਼ੁਰਗ ਉਹ ਵੀ ਬਹੁਤ ਸਾਰਿਆਂ ਦੇ ਘੱਟੋ ਘੱਟ ਸਾਲ ਦੇ ਵਿੱਚ 250-300 ਜਿਹੜੇ ਵਿਜ਼ਟਰ ਗਰੁੱਪ ਇੱਥੇ ਆਉਂਦੇ ਆ ਦੇਖਣ ਲਈ। ਇਹ ਜਿਹੜਾ ਵੀ ਕੋਈ ਗ੍ਰੈਵਜ਼ੈਂਡ ਆਉਂਦਾ ਉਹ ਘੱਟੋ ਘੱਟ ਉਹ ਗੁਰਦੁਆਰਾ ਗ੍ਰੈਵਜ਼ੈਂਡ ਜ਼ਰੂਰ ਦੇਖਣਾ ਚਾਹੁੰਦਾ, ਕਿਉਂਕਿ ਇਹਦੀ ਜੋ ਦੇਖ ਸੰਗਤਾਂ ਨੇ ਜਿਸ ਤਰ੍ਹਾਂ ਸਹਿਯੋਗ ਦੇ ਕੇ ਬਣਾਇਆ ਸਾਰੇ ਦੇਖਣਾ ਚਾਹੁੰਦੇ ਹਨ। ਤਕਰੀਬਨ 8-9 ਏਕੜ ਦੇ ਵਿਸ਼ਾਲ ਘੇਰੇ ਦੇ ਵਿੱਚ ਬਣਿਆ ਹੋਇਆ ਇਹ ਗੁਰਦੁਆਰਾ ਸਾਹਿਬ, ਜਿੱਥੇ ਪੰਜਾਬ ਭਾਰਤ ਤੋਂ ਚੱਲ ਕੇ ਆਏ ਕਾਰੀਗਰਾਂ ਵੱਲੋਂ ਸਾਰੀ ਮੀਨਾਕਾਰੀ ਕੀਤੀ ਗਈ ਹੈ। ਤਕਰੀਬਨ ਅਸੀਂ ਜਿਹੜੇ ਵੀ ਕੰਟਰੀ 'ਚ ਗਏ, ਬਹੁਤ ਅਮੈਰੀਕਾ, ਕੈਨੇਡਾ, ਹੋਰ ਜਗ੍ਹਾਵਾਂ ਉੱਥੇ ਬਹੁਤ ਨੇ, ਪਰ ਜਿਹੜੀ ਸੁੰਦਰ ਬਿਲਡਿੰਗ 8-9 ਏਕੜ ਦੇ ਵਿੱਚ ਟਾਊਨ ਦੇ ਸੈਂਟਰ ਦੇ ਵਿੱਚ ਬਣੀ ਹੋਈ ਆ, ਇੱਕ ਆਪਣੇ ਆਪ ਵੱਡੀ ਮਿਸਾਲ ਹੈ। ਅਤੇ ਇਹ ਗੁਰਦੁਆਰਾ ਇਕੱਲਾ ਸੰਗਮਰਮਰ ਵੀ ਨਹੀਂ ਹੈ, ਇੱਕ ਡਿਜ਼ਾਇਨ ਬੜਾ ਸੋਹਣਾ ਹੈ ਬਣਾਇਆ ਹੈਗਾ, ਅਤੇ ਜਿਹੜੇ ਇੰਡੀਆ ਤੋਂ ਕਾਰੀਗਰ ਆਏ ਆ 9-10 ਸਾਲ ਜਿਹੜੇ ਕੰਮ ਕੀਤਾ ਪੱਥਰਾਂ 'ਤੇ, ਮਾਰਬਲ 'ਤੇ, ਬਾਹਰ ਤੁਸੀਂ ਦੇਖੋ 5 ਤਖਤਾਂ 'ਤੇ ਸਾਰਾ ਆਰਟਿਕਸ ਕੀਤੀ ਹੋਈ ਗੈਲਰੀ ਦੇ ਵਿੱਚ। ਮੇਨ ਦਰਸ਼ਨੀ ਡਿਉੜੀ ਆ, ਉਹ ਮੇਨ ਦੇਖਣ ਯੋਗ ਆ, ਅਤੇ ਸਾਡੇ ਕੋਲ ਜਿਹੜੇ ਅਮੈਰੀਕਾ ਤੋਂ ਵੱਡੇ ਵੱਡੇ ਗੁਰਦੁਆਰਿਆਂ ਦੇ ਪ੍ਰਬੰਧਕ ਆ ਚੁੱਕੇ ਨੇ ਜਿਹੜੇ ਥੀਏਟਰ ਦੇ ਵਿੱਚ ਦੇਖਿਆ, ਇਹ ਕਿਸੇ ਵੀ ਗੁਰਦੁਆਰੇ 'ਚ ਥੀਏਟਰ ਇਸ ਲੋਟ ਹੈ ਨਹੀਂ। ਜਿੱਦਾਂ ਜਦੋਂ ਆ ਕੇ ਉਹਨਾਂ ਨੇ ਦੇਖਿਆ ਤਾਂ ਸਪੈਸ਼ਲੀ ਫੋਟੋਆਂ ਲੈ ਕੇ ਗਏ ਵੀ ਅਸੀਂ ਵੀ ਤਕਰੀਬਨ ਇਹੋ ਜਿਹਾ ਅਸੀਂ ਉਸਾਰਨਾ ਚਾਹੁੰਦੇ ਹਾਂ। ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਨੌਜਵਾਨਾਂ ਅਤੇ ਬੱਚਿਆਂ ਨੂੰ ਹਰ ਪੱਖੋਂ ਪਹਿਲ ਦਿੱਤੀ ਜਾਂਦੀ ਹੈ, ਕਿਉਂਕਿ ਇਹ ਨੌਜਵਾਨ ਬੱਚੇ ਕੌਮ ਦਾ ਭਵਿੱਖ ਹਨ। ਬਹੁਤਾਤ ਗਿਣਤੀ ਵਿੱਚ ਰੋਜ਼ਾਨਾ ਪ੍ਰਾਈਵੇਟ ਜਾਂ ਫਿਰ ਗੁਰਦੁਆਰਾ ਸਾਹਿਬ ਜੀ ਦੀ ਕਮੇਟੀ ਵੱਲੋਂ ਪ੍ਰੋਗਰਾਮਾਂ ਦਾ ਪ੍ਰਵਾਹ ਚੱਲਦਾ ਹੀ ਰਹਿੰਦਾ ਹੈ।
सारे लोग कहते हैं जी यूरोप च, पर जे तुसी अमेरिका कनेडा भी देखो, यानी ये चीज़ नहीं, गुरुद्वारे बड़े हो सकते हैं। गुरुद्वारे की विशाल बिल्डिंग जिस तरह की बनी हुई सुंदर, इस तरह की कितने भी है नहीं। जिदा तो बाकी कली हुण बिल्डिंग ही कली नहीं हैगी इत्थे, क्योंकि जदों के हुण प्रबंध आया तो इन्होंने आउंदिया ने जिहड़ी साडी मेन मुख लोड़ आ यंगस्टर की, अड्डो अड्ड 8-10 डिपार्टमेंट अड्डो अड्ड बनाए हुए सारे, उन्हां दे विच चंगे हाई क्वालिफाइड मतलब सारे यंगस्टर बाड़े हुए आ, ते जिहड़े सीरीयस आ, कोई इदां नहीं भुल्लड़बाजी वाले आ, बड़ा वधिया ढंग नाल प्रबंध चला रहे ने। क्योंकि ये जैव सिंह की ही मेन वड्डी आ कुरबानी जिहड़ी कि उहने यंगस्टर नूं पहल दित्ती आ, ते अज जिहड़े यंगस्टर आ वध तों वध सगा इन्हां नाल सहयोग कर रहे आ, उन्हां नूं देख के सगा हर कोई नौजवान के दिमाग उत्साह उठता भी मैं इन्हां दे नाल रल के काम करा। बाकी कल्ले नौजवान ही नहीं कि नाल इन्होंने बजुर्ग भी लाए हुए आ, जिहड़े काम बजुर्गों के करन वाले बजुर्ग कर रहे आ, ते जिहड़े काम नौजवानों के करन वाले आ उह नौजवान कर रहे आ। नौजवान ठीक आ, कई गरां नहीं देखते भी आह काम नहीं करते, पर सारा काम कंप्यूटराइज आ सारा। इंग्लैंड दे विच वसन वाले सिख परिवार इस गुरद्वारा साहिब विच अपने बच्चियां दे आनंद कारज नूं लै के बहुत उत्सुकत रहिंदे हन। यही कारण है कि गुरद्वारा साहिब विच आनंद कारजां दी बुकिंग 2-2, 3-3 साल दी होई पई है। कई बार तां 6-6 आनंद कारज इक्को दिन वेले ही इस गुरद्वारा साहिब विच संपन्न कीते जांदे हन। ते आग तुसीं देखो गुरद्वारे छोटे छोटे बच्चे आ, इंग्लिश दे विच स्टोरियां, सिखी स्टोरियां उन्होंने मावा जिदा घर बातें पाउंदियां होंदियां ना, उही इंग्लिश दे विच इत्थे दसियां जांदियां। हर भी चार्ट देखो आके भी गुरुद्वारे किन्ने प्रोग्राम भरिया पिया, सारा सारी सारी दिहाड़ी प्रोग्राम इन्ना बिजी रहिंदा, ते संगतां जिदा मेला लग्या रहिंदा जिदा, ते होर हर तरह की समान बाहर देखो तुसीं जिदा बड़िया बड़िया कार पार्कां, हर बच्चा इत्थे जिदा इंग्लैंड दा जिदा ब्याह गुरुद्वारे इसे करवाउणा चाहुंदा, हालांकि गुरुद्वारे बाहर भी सोहणे हैगे इंग्लैंड च, पर हर बंदा जवाक इत्थे नूं मतलब ट्राई करदा भी मेरा ब्याह इत्थे होवे। कईआं दी तां मैं इह भी शर्तां सुणियां भी साडी डिमांड आ जी, इक ब्याह ते कहिंदे हाँ जी साडी डिमांड तां इक इह आ वी साडे बच्चे दा असीं ब्याह इत्थे करना चाहुंदे हां, तां कि इत्थे बुकिंग भी 2-2, 3-3 साल ताईं अग्गे गई होई आ जी। ते कई कहिंदे वीकेंड ते जे बैंक होलीडे नाल आ जावे 6-6 ब्याह भी मतलब वीकेंड ते हुंदे आ जी। तां सुखमनी साहिब दे पाठ आ तकरीबन, सुखमनी साहिब दे पाठ भी लंडन तों आ के इत्थे जिद्दां सारी सारी दिहाड़ी मतलब बिजी रहिंदा कम्म, ते मतलब यही आ भी सारा कुछ प्रबंधकां नूं भी हर फैसिलिटी दित्ती होई आ, ते जो प्रचार दा काम आ वह वड्डी चीज़ आ, क्योंकि जिद्दां दी बिल्डिंग आ उद्दां दा हुण अंदर प्रचार हो रहा। ते बाकी प्रधान होण दी मतलब यह भी कोशिश आ हमेशा भी तां कि साडी आउण वाली जनरेशन ही इन्हां चीज़ां ते कंट्रोल करे, तां कि सिक्खी दा साडा वाधा हो सके। ते जिवें असीं कनेडा च साडी लीडरशिप ते कामयाब आ, साडे बच्चे इदां सारे कामयाब होण तां कि असीं दुनिया नूं दिखा सकीए भी सिख कौम कौण आ। इंग्लैंड की धरती उत्ते गुरु नानक गुरद्वारा ग्रेवसेंड एक मिसाल है कि सिख इस मुल्क दे विच चढ़दी कला दे विच रहिंदे हन। अकाल चैनल राही गुरु नानक गुरद्वारा ग्रेवसेंड दे तुसी दर्शन कीते हन। आस करते हाँ आप जी नूं ये प्रोग्राम पसंद आया होवेगा। वाहिगुरु जी का खालसा, वाहिगुरु जी की फतेह। जेकर तुसी भी चाहुंदे हो अपने शहर दे गुरद्वारा साहिब नूं दुनिया विच दिखाउणा, तां अकाल चैनल दे नाल संपर्क कर सकदे हो। अकाल चैनल नूं सबस्क्राइब करो,
नवी वीडियोस दी नोटिफिकेशन दे लई बेल आइकन नू क्लिक करना ना भूलना।